ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੰਬਈ ਵਿਕੇਸਤਾਈ ਨਿਵੇਸ਼ਕਾਂ ਨਾਲ ਮੁਲਾਕਾਤ ਹੋਈ ਹੈ ਜੋ ਕਿ ਹਰ ਪਹਿਲੂ ਤੇ ਸਫਲ ਰਹੀ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਸੂਬੇ ਅੰਦਰੋਂ ਪਿਛਲੀ ਸਰਕਾਰ ਦੀ ਉਦਯੋਗ ਪ੍ਰਤੀ ਬੇਰੁਖੀ ਕਾਰਨ ਹੋਰਨਾਂ ਸੂਬਿਆਂ ਅੰਦਰ ਪਲਾਇਨ ਕਰ ਚੁੱਕੇ ਉਦਯੋਗਾਂ ਨੂੰ ਮੁੜ ਵਾਪਸ ਲਿਆਉਣਾ ਹੈ। ਉਹਨਾਂ ਨੇ ਕਿਹਾ ਕਿ ਹਰ ਮਹੀਨੇ ਇੱਕ ਨਵਾਂ ਉਦਯੋਗ ਲਗਾ ਕੇ ਹਜ਼ਾਰਾਂ ਰੁਪਏ ਪੰਜਾਬ ਅੰਦਰ ਨਿਵੇਸ਼ ਕਰਵਾਉਣਾ ਹੈ। ਤਾਜੋ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ ਮਨਪ੍ਰੀਤ ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਤਕਰੀਬਨ 50 ਤੋਂ ਵੱਧੇਰੇ ਕਾਰਖਾਨੇ ਸੂਬੇ ਅੰਦਰ ਸਥਾਪਿਤ ਹੋਣਗੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ